सत श्री अकाल दोस्तों, चैनल पंजाब वैदर टूडे देख रहे सारे ही स्रोतियां जी आयां जी। इस वेले की वड्डी खबर दोस्तों तुहाडे नाल सांझी कर रहे हैं जी। हुणे हुणे पंजाब दे विच इस रूट ते सफ़र करन वाले हो जाओ सावधान, क्योंकि जानन दे लई वीडियो नूं अंत तक देखियो, तुहानूं पूरी खबर का पता लग जाएगा। वीडियो नूं लाइक, चैनल नूं सबसक्राइब अते वीडियो नूं वध तों वध शेयर करना ना भुल्लियो। पटियाला दे राजपुरा रोड ते सरहिंद बाईपास नेड़े बन रहे नवें बस अड्डे दे मूहरे बसां दे बस अड्डे दे विच दाखले दे लई सड़क ते बनाए जा रहे फ्लाईओवर दे निर्माण कार्यां नूं तेजी दे नाल मुकम्मल करन दे संबंधी राजपुरा रोड ते चौरा चौंक तो अर्बन स्टेट चौंक तक सड़क दे उत्ते आवाजाई बंद कर दित्ती गई है। इस दौरान लोगों नूं बदलवें रस्ते अपनाउण लई नवां ट्रैफिक प्लान जारी किया गया है। यह जानकारी ट्रैफिक पुलिस दे SP ਪਲਵਿੰਦਰ ਸਿੰਘ ਚੀਮਾ ਨੇ ਦਿੱਤੀ ਆ। ਉਹਨਾਂ ਨੇ ਇਸ ਸੰਬੰਧੀ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ SL ਗਰਗ, DSP ਟ੍ਰੈਫਿਕ ਰਾਜੇਸ਼ ਸਨੇਹੀ ਅਤੇ ਹੋਰ ਟ੍ਰੈਫਿਕ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕਰਕੇ ਨਿਰਵਿਘਨ ਆਵਾਜਾਈ ਲਈ ਪ੍ਰਬੰਧ ਕੀਤੇ। ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਲਾਈਓਵਰ ਦੀ ਸਲੈਬ ਪੈਣ ਤੱਕ ਬੇਰੋਕ ਅਤੇ ਨਿਰਵਿਘਨ ਆਵਾਜਾਈ ਲਈ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦਿੰਦੇ ਹੋਏ ਬਦਲਵੇਂ ਰਸਤੇ ਅਪਣਾਉਣ ਤਾਂ ਕਿ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। SP ਚੀਮਾ ਨੇ ਦੱਸਿਆ ਕਿ ਹੈਵੀ ਟ੍ਰੈਫਿਕ ਟਰੱਕ ਆਦਿ ਲਈ ਪਟਿਆਲਾ ਸਰਹੰਦ ਰੋਡ ਤੋਂ ਨਾਰਦਨ ਬਾਈਪਾਸ ਤੋਂ ਹੋ ਕੇ ਅਰਬਨ ਸਟੇਟ ਚੌਂਕ ਤੋਂ ਚੰਡੀਗੜ੍ਹ ਰਾਜਪੁਰਾ ਨੂੰ ਜਾਇਆ ਜਾ ਸਕੇਗਾ, ਜਦੋਂ ਕਿ ਚੰਡੀਗੜ੍ਹ ਰਾਜਪੁਰਾ ਅੰਬਾਲਾ ਦਿੱਲੀ ਆਦਿ ਜਾਣ ਵਾਲੀਆਂ ਬੱਸਾਂ ਬੱਸ ਅੱਡੇ ਤੋਂ DMW ਰੇਲਵੇ ਸਟੇਸ਼ਨ ਦੇ ਨਾਲ ਨਾਲ ਸੜਕ ਤੋਂ ਨਾਰਦਨ ਬਾਈਪਾਸ ਸਰਹਿੰਦ ਬਾਈਪਾਸ ਰੋਡ ਤੋਂ ਹੋ ਕੇ ਅਰਬਨ ਸਟੇਟ ਚੌਂਕ ਤੋਂ ਅੱਗੇ ਜਾਣਗੀਆਂ। ਇਸ ਤੋਂ ਇਲਾਵਾ ਹਲਕੇ ਵਾਹਨਾਂ ਲਈ ਪਟਿਆਲਾ ਰਾਜਪੁਰਾ ਰੋਡ ਤੋਂ ਵੱਡੀ ਨਦੀ ਰੋਡ ਤੋਂ ਹੁੰਦੇ ਹੋਏ ਨਾਰਦਨ ਬਾਈਪਾਸ ਸਰਹੰਦ ਰੋਡ ਬਾਈਪਾਸ ਦੀ ਹੋ ਕੇ ਅਰਬਨ ਸਟੇਟ ਚੌਂਕ ਤੋਂ ਅੱਗੇ ਜਾਇਆ ਜਾ ਸਕੇਗਾ। ਪਟਿਆਲਾ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀ ਤੋਂ ਹੋ ਕੇ ਬਹਾਦਰਗੜ੍ਹ ਜਾਇਆ ਜਾ ਸਕੇਗਾ। ਇਸ ਦੇ ਨਾਲ ਹੀ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਕਮਾਂਡੋ ਕੰਪਲੈਕਸ ਤੋਂ ਵੀ ਰਾਜਪੁਰਾ ਰੋਡ 'ਤੇ ਚੜ੍ਹਿਆ ਜਾ ਸਕੇਗਾ। ਇਸ ਦੇ ਨਾਲ ਹੀ ਹਲਕੇ ਵਾਹਨ ਰਾਜਪੁਰਾ ਰੋਡ ਤੋਂ ਚੌਰਾ ਰੋਡ ਨੂਰਪੁਰ ਖੇੜੀਆਂ ਤੋਂ ਹੋ ਕੇ ਅਰਬਨ ਸਟੇਟ ਚੌਂਕ ਫੇਜ਼ 3 ਤੋਂ ਰਾਜਪੁਰਾ ਰੋਡ 'ਤੇ ਚੜ੍ਹ ਸਕਣਗੇ। SP ਪਲਵਿੰਦਰ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਰਾਜਪੁਰਾ ਅੰਬਾਲਾ ਦਿੱਲੀ ਆਦਿ ਤੋਂ ਆਉਣ ਵਾਲੀ ਟ੍ਰੈਫਿਕ ਦੇ ਲਈ ਬਦਲਵਾਂ ਰਸਤਾ ਬਣਾਇਆ ਗਿਆ ਹੈ। ਚੀਮਾ ਨੇ ਦੱਸਿਆ ਕਿ ਹੈਵੀ ਟ੍ਰੈਫਿਕ ਲਈ ਅਰਬਨ ਸਟੇਟ ਚੌਂਕ ਤੋਂ ਦੱਖਣੀ ਬਾਈਪਾਸ ਤੋਂ ਦੇਵੀਗੜ੍ਹ ਰੋਡ ਕੱਟ ਤੋਂ ਸਨੌਰੀ ਅੱਡਾ ਹੋ ਕੇ ਟਰੱਕ